ਵਾਹ ਵੀ ਤੋਤਿਆ, ਇੰਡੀਅਨ ਕ੍ਰਿਕਟ ਟੀਮ ਨੇ ਬੜੀ ਅੱਤ ਕਰਾਈ ਪਈ ਹੈ। ਆਸਟ੍ਰੇਲੀਆ ਟੀਮ ਨੂੰ ਲਗਾਤਾਰ 3 ਮੈਚ ਹਰਾਤੇ ਆਪਾਂ। ਸਹੀ ਗਿਆ ਤੋਤੇ, ਪਾਂਡੀਆ ਤੇ ਇੰਡੀਆ ਵੱਲੋਂ ਨਾ ਕੱਲਾ ਹੀ ਡਾਂਡੀਆ ਖੇਡ ਰਿਹਾ ਹੈ ਵਿਦ ਸਟੀਵ ਸਮਿਥ ਐਂਡ 10 ਅਦਰਸ। ਓਏ ਮਾਚੂ, ਇਤਨਾ ਆਸਟ੍ਰੇਲੀਆ ਵਾਲਿਆਂ ਨੇ IPL ਖੇਡਣਾ ਹੁੰਦਾ ਹੈ, ਇਸ ਲਈ ਵਿਚਾਰੇ ਹਾਰ ਕੇ ਵੀ ਕੁਝ ਬੋਲਦੇ ਨਹੀਂ ਪਏ, ਨਹੀਂ ਤੇ ਪਤੰਦਰਾਂ 'ਚ ਗੁੱਸਾ ਨਾ ਬਾਬੇ ਦੇ ਪ੍ਰੇਮੀਆਂ ਨਾਲੋਂ ਵੀ ਜ਼ਿਆਦਾ ਹੈ। ਪਤੰਦਰਾ ਫਾਲਤੂ ਬੋਲੀਏ ਨਾ, ਆਸਟ੍ਰੇਲੀਅਨ ਟੀਮ ਨੂੰ ਕੋਈ ਸਲਾਹ ਹੀ ਦੇ ਦੇ। ਮਾਚੂ, ਦਰਅਸਲ ਆਸਟ੍ਰੇਲੀਆ ਵਾਲੇ ਨਾ ਮੈਨੂੰ ਹੁਣ ਆਪਣੀ ਟੀਮ ਦਾ ਕੋਚ ਬਣਾਉਣਾ ਚਾਹੁੰਦੇ ਆ। ਅੱਛਾ, ਫੇਰ ਕੋਚ ਬਣਦੇ ਆ, ਸਭ ਤੋਂ ਪਹਿਲਾਂ ਕੀ ਮੈਸੇਜ ਦੇਂਗਾ ਤੂੰ? ਮੈਂ ਸਾਰੇ ਪਲੇਅਰ ਲਾਈਨ ਵਿੱਚ ਇਕੱਠੇ ਕਰਕੇ ਨਾ ਬਾਲੀਵੁੱਡ ਸਟਾਈਲ ਮੈਸੇਜ ਦਵਾਂਗਾ ਉਹਨਾਂ ਨੂੰ। ਚੱਲ ਪਤੰਦਰਾ, ਬਹੁਤ ਹੋ ਗਿਆ, ਇਦੂ ਪਹਿਲਾਂ ਆਸਟ੍ਰੇਲੀਆ ਵਾਲੇ ਤੇਰੀ ਗੱਲ ਸੁਣ ਕੇ ਨਾ ਭੱਜ ਨਾ ਜਾਣ ਅਗਲੇ ਮੈਚ ਹੀ ਨਾ ਖੇਡਣ। ਤੂੰ ਡਰੀ ਮਾਰ, ਬਾਕੀ ਦੀਆਂ ਗੱਲਾਂ ਬਾਤਾਂ ਫੇਰ ਕਰਾਂਗੇ। ਸਹੀ ਕਿਹਾ ਮਾਚੂ, ਹੋਰ ਪਤਾ ਲੱਗੇ ਅਗਲੇ ਮੈਚ ਇੰਡੀਆ ਹਾਰ ਜਾਵੇ। ਚੰਗਾ, ਬਾਏ ਬਾਏ, ਮੇਰੀ ਸਟੀਵ ਸਮਿਥ ਦੇ ਨਾਲ ਇੱਕ ਅਰਜੈਂਟ ਮੀਟਿੰਗ ਆ।